ਕਾਰ ਵਿੱਚ ਘੁੰਮ ਰਹੇ ਚਾਰ ਨੌਜਵਾਨ ਜਦੋਂ ਪੁਲਿਸ ਦੇ ਹੱਥੇ ਚੜ੍ਹੇ ਤਾਂ ਉਹਨਾਂ ਪਾਸੋਂ ਬਰਾਮਦ ਹੋਈ ਪਿਸਤੌਲ ਅਤੇ ਅਫੀਮ। ਇਹ ਖਬਰ ਹੈ ਜਲੰਧਰ ਤੋਂ, ਜਿੱਥੇ ਕਿ ਆਦਮਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਮਹਿਮਦਪੁਰ ਨਹਿਰ ਪੁਲ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਸ਼ੱਕ ਦੇ ਆਧਾਰ 'ਤੇ ਜਦੋਂ ਉਹਨਾਂ ਨੇ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਦੌਰਾਨ ਕਾਰ ਵਿੱਚ ਬੈਠੇ ਨੌਜਵਾਨਾਂ ਪਾਸੋਂ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਹੋਰ ਤਾਂ ਹੋਰ, ਕਾਰ ਦੇ ਦਰਵਾਜ਼ੇ ਦੇ ਗੱਤੇ ਦੇ ਅੰਦਰ 3 ਕਿਲੋ ਅਫੀਮ ਵੀ ਬਰਾਮਦ ਹੋਈ। ਪੁਲਿਸ ਨੇ ਚਾਰੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਉਹਨਾਂ 'ਤੇ ਮਾਮਲਾ ਦਰਜ ਕਰ ਲਿਆ। ਉੱਧਰ SP ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਚਾਰੋਂ ਨੌਜਵਾਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕੱਲ੍ਹ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ, ASP ਆਦਮਪੁਰ ਅੰਕੁਰ ਮਿੱਤਲ ਔਰ SHO ਆਦਮਪੁਰ ਜਰਨੈਲ ਸਿੰਘ। ਅਲਾਵਲਪੁਰ ਦੇ ਰਸਤੇ 'ਤੇ ਇੱਕ ਕਾਰ ਆਈ ਹੈ ਸਨੀ, ਉਹਨੂੰ ਜਦੋਂ ਰੋਕਿਆ ਗਿਆ ਚਾਰ ਵਿਅਕਤੀ ਵਿੱਚ ਬੈਠੇ ਸੀਗੇ, ਔਰ ਜਦੋਂ ਉਹਨਾਂ ਨੇ ਥੋਰਲੀ ਚੈਕਿੰਗ ਕੀਤੀ ਉਹ ਕਾਰ ਦੀ ਜਿਹੜੀ ਪਿਛਲੀ ਬਾਰੀ ਹੁੰਦੀ ਆ ਉਹ ਬਾਰੀ ਦੇ ਰਾਈਟ ਸਾਈਡ ਜਿਹੜਾ ਉਹਦਾ ਢੱਕਣ ਹੁੰਦਾ ਉਹ ਇਹਨਾਂ ਨੂੰ ਸ਼ੱਕੀ ਜਾ ਪਿਆ। ਇਹਨਾਂ ਨੇ ਜਦੋਂ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 3 ਲਿਫਾਫੇ ਮਿਲੇ ਆ, ਜਿਹਨਾਂ ਵਿੱਚੋਂ 1 ਕਿਲੋ ਅਫੀਮ ਸੀਗੀ, 3 ਕਿਲੋ ਕੁੱਲ ਅਫੀਮ ਮਿਲੀ ਹੈ। ਫਿਰ ਜਦੋਂ ਹੋਰ ਸਰਚ ਕੀਤੀ ਆ, ਇੱਕ ਨਾਲ ਦੀ ਕੰਡਕਟਰ ਸੀਟ 'ਤੇ ਜਿਹਦਾ ਨਾਂ ਕਮਰਪ੍ਰੀਤ ਸਿੰਘ ਹੈ ਉਹ ਮੁੰਡਾ ਬੈਠਾ ਸੀ, ਜਦੋਂ ਉਹਨੂੰ ਥੋਰਲੀ ਚੈੱਕ ਕੀਤਾ ਤਾਂ ਉਹਦੇ ਡੱਬ 'ਚੋਂ ਇੱਕ ਪਿਸਟਲ ਮਿਲਿਆ 32 ਬੋਰ ਦਾ ਔਰ ਮੈਗਜ਼ੀਨ ਦੇ ਵਿੱਚ 2 ਰਾਊਂਡ ਸੀਗੇ। ਉਹ ਇਹਨਾਂ ਨੇ ਬੜੀ ਮੁਸਤੈਦੀ ਨਾਲ ਸਾਰਿਆਂ ਨੂੰ ਕਾਬੂ ਕੀਤਾ ਔਰ ਇੱਥੇ ਮੁਕੱਦਮਾ ਦਰਜ ਇਹਨਾਂ 'ਤੇ ਕਰਤਾ ਹੈਗਾ ਔਰ 2 ਦਿਨ ਦਾ ਰਿਮਾਂਡ ਲਿਆ ਹੈਗਾ, ਬਾਕੀ ਥੋਰਲੀ ਪੁੱਛਗਿੱਛ ਕੀਤੀ ਜਾ ਰਹੀ। ਇਹ ਚਾਰ ਜਿਹੜੇ ਵਿਅਕਤੀ ਨੇ ਗੁਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਅਮਰਜੋਤ ਸਿੰਘ, ਜਸਵੰਤ ਸਿੰਘ, ਇਹ ਸਾਰੇ ਹੀ ਜਿਹੜੇ ਸ਼ਰਾਰਤੀ ਕਿਸਮ ਦੇ ਵਿਅਕਤੀ ਨੇ। ਜਸਵੰਤ ਸਿੰਘ ਜਿਹੜਾ ਇਹਨਾਂ 'ਚੋਂ ਇੱਕ ਬੰਦਾ ਹੈਗਾ, ਉੱਥੇ ਆਲਰੇਡੀ 4 ਮੁਕੱਦਮੇ ਦਰਜ ਨੇ ਔਰ ਉਹਨਾਂ 'ਚ ਬੇਲ ਆਊਟ ਹੈਗਾ। ਬਾਕੀ ਅਸੀਂ ਇਹਨਾਂ ਨੂੰ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਬਾਕੀ ਫਿਲਹਾਲ ਜਿਹੜੀ ਸਾਨੂੰ ਗੱਲ ਪਤਾ ਲੱਗੀ ਹੈ ਵੀ ਜਿਹੜਾ ਇਹ ਸਮਾਨ ਹੈਗਾ, ਵੈਪਨ ਵੀ ਹੈ, ਇਹ UP ਤੋਂ ਲੈ ਕੇ ਆਏ ਆ ਕਿਸੇ ਵਿਅਕਤੀ ਕੋਲੋਂ, ਉਹਦਾ ਸਾਨੂੰ ਪਤਾ ਲੱਗ ਗਿਆ ਹੈਗਾ ਉਹ। ਬਾਕੀ ਫਰਦਰ ਅਸੀਂ ਉਹਨੂੰ ਓਪਰੇਸ਼ਨ ਅੱਗੇ। ਕਮਲਪ੍ਰੀਤ ਸਿੰਘ ਜਿਹੜਾ ਹੈਗਾ ਕੰਡਕਟਰ ਸਾਈਡ 'ਤੇ ਬੈਠਾ ਸੀ, ਉਹਦੇ ਕੋਲੋਂ ਮਿਲਿਆ ਸੀਗਾ ਵੈਪਨ। ਜੇ ਗੱਲ ਕਰੀਏ ਚਾਰ ਦੋਸ਼ੀਆਂ ਦੀ ਬੈਕਗ੍ਰਾਉਂਡ ਕੀ ਹੈ? ਦੇਖੋ, ਇਹ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਇਹਦਾ ਫਾਦਰ ਦੁਬਈ ਗਿਆ ਹੋਇਆ, 10+2 ਕੀਤੀ ਹੋਈ ਇਹਨੇ, ਵਿਹਲਾ ਹੈਗਾ। ਕਮਲਪ੍ਰੀਤ ਸਿੰਘ ਆ ਇਹਦਾ ਦੱਸ ਰਹੇ ਆ ਵੀ CA ਕੀਤੀ ਹੋਈ ਇਹਨੇ, ਇਹ ਵੀ ਇਹਨੂੰ ਨੌਕਰੀ ਨਹੀਂ ਮਿਲੀ ਸੀਗੀ। ਔਰ ਅਮਰਜੋਤ ਸਿੰਘ ਉਹ ਵੀ ਵਿਹਲਾ ਹੀ ਰਹਿੰਦਾ। ਜਸਵੰਤ ਸਿੰਘ ਬੇਸਿਕਲੀ ਖੇਤੀਬਾੜੀ ਕਰਦਾ, ਇੱਥੇ 4 ਮੁਕੱਦਮੇ ਦਰਜ ਨੇ, ਬੇਸਿਕਲੀ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈਗਾ ਇਹ। ਔਰ ਇਹ ਹੁਣ ਅਸੀਂ ਇਹਨਾਂ ਨੂੰ ਥੋਰਲੀ ਪੁੱਛੇ ਕਰ ਰਹੇ ਹਾਂ, ਹੋਰ ਵੀ ਜਿਹੜੀ ਗੱਲ ਪਤਾ ਲੱਗੇਗੀ ਤੁਹਾਨੂੰ ਨਾਲ ਸ਼ੇਅਰ ਕੀਤੀ। ਇਹਨਾਂ ਨੇ ਦੱਸਿਆ ਕਿੰਨਵਾਂ ਗੇੜਾ ਸੀਗਾ ਇਹਨਾਂ ਦਾ? ਦੇਖੋ, ਫਿਲਹਾਲ ਤਾਂ ਹੁਣੇ ਇਹ ਦੱਸ ਰਹੇ ਵੀ ਅਸੀਂ ਜਿਹੜਾ ਵੈਪਨ ਅਤੇ ਅਫੀਮ ਉੱਥੋਂ ਲੈ ਕੇ ਆ ਰਹੇ ਹਾਂ, ਬਾਕੀ ਅਗਲਾ ਉਹ ਥੋਰਲੀ ਪੁੱਛੇ ਕੀਤੀ ਜਾਏਗੀ ਕਿੰਨੀ ਵਾਰੀ ਲੈ ਕੇ ਆਏ, ਕਿੰਨੀ ਉਹ ਸਾਰੀ ਕੀਤੀ ਜਾਏਗੀ। ਗੁਰਪ੍ਰੀਤ ਸਿੰਘ ਜਿਹੜਾ ਇਹਨਾਂ ਦਾ ਐਕਚੁਅਲੀ ਮੇਨ ਬੰਦਾ ਲੀਡਰ ਹੈਗਾ ਉਹ ਇਹਨਾਂ ਦਾ, ਬਾਕੀ ਪਰਚਾ ਉੱਤੇ ਬੇਸ਼ਕ ਦਰਜ ਨਹੀਂ ਹੈਗਾ ਪਰ ਉਹ ਮੇਨ ਉਹਨਾਂ ਦਾ ਗੁਰਪ੍ਰੀਤ ਸਿੰਘ। ਸਰ, ਕਿੰਨੇ ਦਾ ਸਮਾਨ ਜਿਹੜੀ ਅਫੀਮ ਲੈ ਕੇ ਆਏ ਸੀ, ਕਿੰਨੇ ਦੀ ਵੇਚਣੀ ਸੀ? ਉਹ ਦੇਖੋ, ਇਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਸਾਰਾ ਕਲੀਅਰ ਕੀਤਾ ਜਾਏਗਾ। ਬਾਕੀ ਤੁਹਾਨੂੰ ਪਤਾ ਵੀ ਇਹ ਜਿੰਨੇ ਵੀ ਲਿਆਉਂਦੇ ਆ ਅੱਗੇ ਉਹ ਮਹਿੰਗੇ ਭਾਈ ਵੇਚਦੇ ਆ, ਥੋੜ੍ਹੀ ਕਰਕੇ ਨਾਲ ਵੈਪਨ ਵੀ ਰੱਖ ਲਏ ਆ, ਹੋਰ ਵੀ ਕ੍ਰਾਈਮ ਕਰਨ ਦੀ ਕੋਈ ਤਾੜ ਵਿੱਚ ਸੀਗੇ ਜਿਹੜੇ ਪੁਲਿਸ ਨੇ ਕਾਬੂ ਕਰ ਲਿਆ। ਬਾਕੀ ਹੋਰ ਵੀ ਜੇ ਕੋਈ ਗੱਲ ਸਾਹਮਣੇ ਇਹ ਤੁਹਾਨੂੰ ਸ਼ੇਅਰ ਕੀਤੀ। ਗੱਡੀ ਜਿਹੜਾ ਇਹ ਮੁੰਡਾ ਹੈਗਾ ਕਮਲਪ੍ਰੀਤ ਹੈ, ਗੁਰਪ੍ਰੀਤ, ਇਹਦੇ ਫਾਦਰ ਦੇ ਨਾਂ ਆ ਗੱਡੀ, ਮਤਲਬ ਗੁਰਪ੍ਰੀਤ ਦੀ ਗੱਡੀ ਸੀ, ਇਹਦੇ ਫਾਦਰ ਦੇ ਨਾਂ ਆ, ਉਹਦੀ ਆਪਣੀ ਗੱਡੀ। ਤੇ ਜਿਹੜਾ ਅਫੀਮ 3 ਕਿਲੋ ਮਿਲੀ ਹੈ, ਇਹਨਾਂ ਨੇ ਦੇਣੀ ਕਿੱਥੇ ਸੀਗੀ? ਇਹ ਹੁਣ ਸਾਰੀ ਪੁੱਛਗਿੱਛ ਕਰ ਰਹੇ ਹਾਂ, ਸਾਰੀ ਲੀਡ ਲੈ ਕੇ ਉਹ ਸਾਰੀ ਫਰਦਰ ਕਾਰਵਾਈ ਕੀਤੀ। 2 ਦਿਨ ਦਾ ਰਿਮਾਂਡ ਮਿਲ ਗਿਆ ਨਾ, 2 ਦਿਨ। ਬਿਊਰੋ ਰਿਪੋਰਟ, ਟਰੂ ਸਕੂਪ।